ਸਾਰੇ ਫਲਾਵਰ ਵੀ ਬਣਾ ਲਾ। ਜੀ ਫਰਗਾਟ Leave it there. Go ahead. Mar bar dil ye aaye, mar bar dil ye gaaye, tum jiyo hazaron saal ye meri hai aarzu. Happy birthday to you. Happy birthday to you. Happy birthday dear paaji. Happy birthday to you. Happy birthday. Thank you. ਤੁਹਾਡਾ ਬਾਪੂ ਦੀ ਭਾਈ ਰੱਖੋ ਪਲੇਟ ਪਹਿਲੇ ਵੀ ਹੈ। ਕੋਈ ਨਹੀਂ ਤੁਹਾਡਾ ਪ੍ਰਣਾਮ ਕੋਈ ਥੋੜਾ ਬਹੁਤ ਨਹੀਂ ਮੈਨੂੰ ਆਉਣ ਨੂੰ ਕੋਈ ਨਹੀਂ ਤੁਹਾਡੇ ਵਾਸਤੇ ਹੀ ਹੈ ਵੀ ਤੁਹਾਡਾ ਐਵੇਂ ਸਾਡੇ ਟੈਸਟ ਇਹਨਾਂ ਨੇ ਕਰਾਇਆ ਵੈਕਸੀਨੇਸ਼ਨ ਹੋਈ ਵੀ ਸਾਰੇ ਠੀਕ ਹੈ 15 ਦਿਨਾਂ ਤੋਂ ਬਾਅਦ ਬਾਪੂ ਸ਼ਰਦਾ ਰਾਮ ਜੀ ਮਹਾਰਾਜ ਆਪਕੀ ਸਦਾ ਹੀ ਜੈ ਬਾਜੀ ਬਾ। 26 ਅਪ੍ਰੈਲ 1952 ਨੂੰ 26 April 1952 ਹੈ। 26 ਅਪ੍ਰੈਲ 1952 ਨੂੰ ਮੇਰੇ ਮਾਤਾ ਪਿਤਾ ਨੇ ਸੁੱਖ ਤੇ ਚੈਨ ਪਾਇਆ ਜਦੋਂ ਉਹਨਾਂ ਦੇ ਘਰ ਸਤਿਗੁਰ ਦੀ ਕਿਰਪਾ ਨਾਲ ਇੱਕ ਬੜਾ ਹੀ ਸੋਹਣਾ ਤੇ ਪਿਆਰਾ ਲਾਲ ਆਇਆ। ਸ਼ਨੀਵਾਰ ਦਾ ਦਿਨ ਸੀ ਉਹ ਭਾਗਾਂ ਵਾਲਾ ਜਿਸ ਦਿਨ ਮਾਤਾ ਪਿਤਾ ਨੇ ਬੇਟਾ ਕਮਾਲ ਪਾਇਆ। ਖੁਸ਼ੀਆਂ ਹੀ ਖੁਸ਼ੀਆਂ ਛਾਈਆਂ ਅਤੇ ਮਾਪਿਆਂ ਨੇ ਆਪਣੀ ਪਹਿਲੀ ਸੰਤਾਨ ਦਾ ਨਾਮ ਸੁਖ ਚੈਨ ਰਖਾਇਆ। ਬਾਪੂ ਸ਼ਰਦਾ ਰਾਮ ਜੀ ਮਹਾਰਾਜ ਆਪਕੀ ਸਦਾ ਬੜਾ ਪਿਆਰ ਪਾਇਆ ਹੈ ਨਾਮ ਕੀ ਬੜਾ ਪਿਆਰ ਪਾਇਆ ਬੜਾ ਲਾਡ ਪਾਇਆ ਸੁਖ ਚੈਨ ਪਾਜੀ ਨੇ ਮਾਤਾ ਪਿਤਾ ਜੀ ਦਾ ਬੜਾ ਪ੍ਰੇਮ ਕੀਤਾ ਬੜਾ ਖਿਆਲ ਰੱਖਿਆ ਸੁਖ ਚੈਨ ਪਾਜੀ ਨੇ ਵੀ ਮਾਤਾ ਪਿਤਾ ਜੀ ਦਾ ਬੜਾ ਪਿਆਰ ਦਿੱਤਾ ਬੜਾ ਖਿਆਲ ਕੀਤਾ ਸੁਖ ਚੈਨ ਪਾਜੀ ਨੇ ਆਪਣੇ ਛੋਟੇ ਭਰਾਵਾਂ ਦਾ ਖੁਸ਼ ਕਿਸਮਤ ਹਾਂ ਅਸੀਂ ਬੜੀ ਮੌਜ ਕੀਤੀ ਕੋਟੀ ਕੋਟੀ ਹੈ ਧੰਨਵਾਦ ਵਿਧਾਤਾ ਦਾ। ਮੈਂ ਰਾਜ ਦੱਸਦਾ ਸੀਗਾ ਬੱਚਿਆਂ ਨੂੰ ਵੀ ਉੱਥੋਂ ਦੀ ਵੈਨ ਹੀ ਵਾਜ ਪਾਸਿੰਗ ਸੂਰਤ ਵੇਅਰ ਆਈ ਵਾਜ ਸਟੱਡਿੰਗ ਐਂਡ ਹੀ ਯੂਜ ਟੂ ਗਿਵ ਮੀ 300-400 ਰੁਪੀਜ਼ ਦੋਸ ਟਾਈਮ ਇਟ ਵਾਜ 30,000 ਰੁਪੀਜ਼ 300-400-500 ਰੁਪਏ ਦੇ ਦਿੰਦਾ ਸੀ ਜਾ ਤੂੰ ਐਸ ਕਰ ਮੈਂ ਪੜ੍ਹਦਾ ਸੀ ਨਾ ਹੀ ਵਾਜ ਗੋਇੰਗ ਟੂ ਬੋਂਬੇ ਔਨ ਦਾ ਵੇ ਹੀ ਸਟਾਪਡ ਸਟੇਸ਼ਨ ਤੇ ਪਲੇਟਫਾਰਮ ਤੇ ਆਈ ਵੈਂਟ ਟੂ ਮੀਟ ਹਿਮ ਤੇ ਪੈਸੇ ਦੇ ਲੈ ਵੀ
ਸਿੰਗਾਪੁਰ ਜਾਣਾ, ਟੀ ਸ਼ਰਟਸ ਲੈਣੀਆਂ, ਸਵੈਟ ਸ਼ਰਟਾਂ ਲੈਣੀ, ਸਾਡੇ ਅਜੇ ਵੀ ਯਾਦ ਹੈ ਫਲੋਰੀਡਾ ਸਨ ਟਾਈਮ ਹੁੰਦਾ ਸੀ, ਇਹ ਵਧੀਆ ਵਧੀਆ ਕੱਪੜੇ ਪਾ ਰਹੇ ਸੀ, ਚੈਂ ਪਾਈ, ਬੜਾ ਐਸ਼ ਕਰਾਈ। ਹੁਣ ਆਖਰੀ ਅੰਤਰਾ, ਸ਼ਰਧਾ ਰਾਮ ਰੱਬ ਰੂਪ ਸਤ ਗੁਰ ਪਾਏ, ਪਾਈਆਂ ਅਸੀਸਾਂ ਭਾਜੀ ਨੇ ਓਮ ਦਰਬਾਰ ਦੀਆਂ। ਰੱਬ ਰੂਪ ਇੱਕ ਸੰਤ ਸਤਿਗੁਰ ਮਿਲ ਗਏ, ਮਾਤਾ ਪਿਤਾ ਰੱਬ ਰੂਪ, ਫਿਰ ਪਰਿਵਾਰ ਅੱਗੋਂ ਇੰਨਾ ਸੁੰਦਰ। ਸ਼ਰਧਾ ਰਾਮ ਰੱਬ ਰੂਪ ਸਤਿਗੁਰ ਪਾਏ, ਪਾਈਆਂ ਅਸੀਸਾਂ ਭਾਜੀ ਨੇ ਓਮ ਦਰਬਾਰ ਦੀਆਂ। ਅੱਛੀ ਧਰਮ ਪਤਨੀ, ਅੱਛੀ ਧਰਮ ਪਤਨੀ, ਅੱਛਾ ਪਰਿਵਾਰ ਪਾਇਆ, ਮੌਜਾਂ ਲੁੱਟੀਆਂ ਸਾਰੇ ਸੰਸਾਰ ਦੀਆਂ। ਸਿੰਗਾਪੁਰ, ਸਵੀਡਨ, ਅਮੈਰੀਕਾ, ਕੈਨੇਡਾ, ਹਰ ਜਗ੍ਹਾ ਦੇ ਸਰਦਾਰ ਜੀ ਘੁੰਮ ਕੇ ਆਏ। ਅਮਨ ਰਾਧਿਕਾ ਤੇ ਵਿਕਰਮ ਸੰਤਾਨ ਪਾਈ, ਖੁਸ਼ੀਆਂ ਸਾਰੀਆਂ ਪਾਈਆਂ ਸੰਸਾਰ ਦੀਆਂ। ਭਗਵਤ ਗੀਤਾ ਪੜ੍ਹੀ, ਗੁਰਬਾਣੀ ਪੜ੍ਹੀ, ਲਈਆਂ ਅਸੀਸਾਂ ਮੰਦਰ ਤੇ ਗੁਰਦੁਆਰ ਦੀਆਂ। ਹੁਣ ਵੀ ਗੁਰਦੁਆਰੇ ਜਾ ਕੇ ਆਏ ਨੇ ਆਪਣੇ ਆਉਣ ਤੋਂ ਪਹਿਲੇ। ਓਮ ਬਾਪੂ ਸ਼ਰਧਾ ਰਾਮ ਜੀ ਮਹਾਰਾਜ ਆਪਕੀ ਸਦਾ ਆਈ ਹੈ। ਇਸੇ ਤਰ੍ਹਾਂ ਚਰਨਾਂ ਨਾਲ ਜੁੜੇ ਰਹਿਣ, ਗੁਰਬਾਣੀ ਨਾਲ ਵੀ, ਗੀਤਾ ਨਾਲ ਵੀ, ਤੇ ਸਾਡੇ ਸੰਤਾਂ ਦੇ ਡੇਰੇ ਨਾਲ ਵੀ, ਉੱਥੇ ਵੀ ਸੇਵਾ ਪਹੁੰਚਾਉਂਦੇ ਰਹਿੰਦੇ ਨੇ। ਮਹਾਰਾਜ ਲੰਬੀ ਉਮਰ ਕਰੇ, ਸੁੱਖ ਸ਼ਾਂਤੀ ਤੇ ਕਿਰਪਾ ਬਣੀ ਰਹੇ, ਚੜ੍ਹਦੀ ਕਲਾ। ਓਮ ਬਾਪੂ ਸ਼ਰਧਾ ਰਾਮ ਜੀ ਬਿਮਾਰ ਰਹਿੰਦਾ ਸੀ ਇੱਥੇ ਹੋਸਪਿਟਲ ਵਿੱਚ। ਬਚਪਨ ਤੋਂ ਮੈਨੂੰ ਹਾਰਟ ਦੇ ਵਿੱਚ ਪ੍ਰੋਬਲਮ ਸੀ, ਤਾਂ ਮੈਨੂੰ ਫਿਰ ਉਹ ਡਾਕਟਰਾਂ ਨੇ ਦੱਸਿਆ ਵੀ ਆਪਣਾ ਪੈਨਾ ਮਰਾਈ ਗੋ ਟੂ ਦਾ ਸਰਜਰੀ ਫਾਰ ਹਾਰਟ ਸਰਜਰੀ ਐਂਡ ਮਾਈ ਬ੍ਰਦਰ ਬੋਥ ਐਂਡ ਸ਼ੁੱਧ ਦੇ ਆਰ ਵੈਰੀ ਹਾਰਡ ਵਰਕਿੰਗ ਗਾਏ, ਦੇ ਆਰ ਡੂਇੰਗ ਐਵਰੀਥਿੰਗ ਯੂ ਨੋ for for me in New Delhi, and then my mom, we got the approval from the NIH about my case, and then we came over here, me and showed that we got the visa, and then we came over here, and he came as an attendant. ਸਰਜਰੀ ਵਾਸਤੇ ਉੱਥੇ ਅਸੀਂ ਮਿਲ ਕੇ ਕਿਰਪਾ ਮਹਾਰਾਜ ਸ਼ਕਤੀ ਵਸਦੇ ਉਹਨਾਂ ਦੇ ਸ਼ਕਤੀ ਸਾਡਾ ਦਿਸ ਵਾਜ ਆਵਰ ਡਿਊਟੀ, ਦਿਸ ਵਾਜ ਆਵਰ ਧਰਮ। ਤੇ ਇਹਨਾਂ ਦੀ ਜੇ ਇੱਥੇ ਕਰਾਣੀ ਸੀ ਨਾ ਆਪਾਂ ਬੇਟਾ ਸਰਜਰੀ, ਤੇ ਸਾਡਾ ਧਰਮ ਬੰਦਾ ਸੀਗਾ ਇਹ, ਕੋਈ ਅਸੀਂ ਕੋਈ ਕਰਨਾ ਹੀ ਸੀ। ਓ ਬਾਪੂ ਸ਼ਰਧਾ ਰਾਮ ਜੀ ਮਹਾਰਾਜ।